ਸਤਿ ਸ੍ਰੀ ਅਕਾਲ ਨਮਸਕਾਰ ਆਰ ਅਦਾਬ ਦੋਸਤੋ ਅੱਜ ਅਸੀਂ ਵੈਨਕੂਵਰ ਦੇ ਵਿੱਚ ਹਾਂ ਆਰ ਗੱਲਬਾਤ ਕਰ ਰਹੇ ਹਾਂ ਮੈਂਬਰ ਪਾਰਲੀਮੈਂਟ ਗੁਰਮント ਗਰੇਵਾਲ ਨਾਲ ਗੁਰਮント ਗਰੇਵਾਲ ਨੇ ਬਹੁਤ ਸਾਰੇ ਇੰਪੋਰਟੈਂਟ ਇਸ਼ੂਜ਼ ਜਿਹੜੇ ਨੇ ਉਹ ਰੇਜ਼ ਕੀਤੇ ਐਜ਼ ਅ ਮੈਂਬਰ ਪਾਰਲੀਮੈਂਟ ਆਰ ਖਾਸ ਕਰਕੇ ਇਮੀਗ੍ਰੇਸ਼ਨ ਆਰ ਸੇਮ ਸੈਕਸ ਦੇ ਮੈਰਿਜ ਤੇ ਜਿਹੜੀ ਕੈਂਪੇਨ ਸੀ ਉਹਨੂੰ ਇਹਨਾਂ ਨੇ ਕਾਫੀ ਚਲਾਇਆ ਇਹ ਗੱਲ ਵੱਖਰੀ ਹੈ ਕਿ ਐਡ ਕੀ ਇਲੈਕਸ਼ਨ ਦੇ ਵਿੱਚ ਹਿੱਸਾ ਨਹੀਂ ਲੈ ਰਹੇ ਪਰ ਨੀਨਾ ਗਰੇਵਾਲ ਹਿੱਸਾ ਲੈ ਰਹੇ ਨੇ ਆਰ ਗੁਰਮント ਜੀ ਕਾਫੀ ਐਕਟਿਵ ਨੇ politically ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਗੁਰਮント ਜੀ ਸਭ ਤੋਂ ਪਹਿਲਾਂ ਆਪ ਜੀ ਦਾ ਨਿਗਾਹ ਸਵਾਗਤ ਐਸਐਸ ਟੈਲੀਵਿਜ਼ਨ ਦੇ ਦਸ਼ਕਾਂ ਵੱਲੋਂ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਐਸਐਸਟੀਵੀ ਦੇ ਸਾਰੇ ਹੀ ਦਰਸ਼ਕਾਂ ਨੂੰ ਸੋਤਿਆਂ ਨੂੰ ਤੇ ਤੁਹਾਡੀ ਮੈਨੇਜਮੈਂਟ ਨੂੰ ਨਵਾਂ ਸਾਲ ਬਹੁਤ ਬਹੁਤ ਮੁਬਾਰਕ ਗੁਰਮント ਸਿੰਘ ਐਸ ਵਲੇ ਤੁਸੀਂ ਐਕਟਿਵ ਪੋਲਿਟਿਸਟ ਨਹੀਂ ਹੈ ਅ ਲੇਕਿਨ ਐਕਟਿਵਲੀ ਪੋਲਿਟਿਸਟ ਹੈ ਦੋਨੋਂ ਗੱਲਾਂ ਸਹੀ ਨੇ ਪਰ ਤੀਸਰੀ ਗੱਲ ਇਹ ਹੈ ਕਿ ਮੈਂ ਐਕਟਿਵਲੀ ਇਲੈਕਸ਼ਨਾਂ ਵਿੱਚ ਨਹੀਂ ਹੈਗਾ ਪਰ ਪੋਲਿਟਿਕਸ ਦੇ ਵਿੱਚ ਐਕਟਿਵ ਹੈਗਾ ਜੀ ਹਾਂ ਸੋ ਬਹੁਤ ਸਾਰੀਆਂ ਅਨਾਉਂਸਮੈਂਟਸ ਕੀਤੀਆਂ ਗਈਆਂ ਕੰਜ਼ਰਵੇਟਿਵ ਪਾਰਟੀ ਵੱਲੋਂ ਔਰ ਉਸਦੇ ਨਾਲ ਨਾਲ ਲਿਬਰਲ ਪਾਰਟੀ ਵੱਲੋਂ ਸਭ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਤੁਹਾਡਾ ਇਨ੍ਹਾਂ ਅਨਾਉਂਸਮੈਂਟਸ ਦੇ ਉੱਤੇ ਕੀ ਰਿਸਪੌਂਸ ਹੈ ਦੇਖੋ ਅਨਾਉਂਸਮੈਂਟਸ ਸਾਰੀਆਂ ਪੋਲਿਟੀਕਲ ਪਾਰਟੀਆਂ ਕਰਦੀਆਂ ਨੇ ਜਿਹੜੀ ਕੰਜ਼ਰਵੇਟਿਵ ਪਾਰਟੀ ਦੀ ਅਨਾਉਂਸਮੈਂਟਸ ਨੇ ਦੇ ਆਰ ਸਿਗਨੀਫੀਕੈਂਟ ਅਨਾਉਂਸਮੈਂਟਸ ਦੇ ਆਰ ਐਡਰੈਸਿੰਗ ਦੋਜ਼ ਇਸ਼ੂਜ਼ ਵਿਚ ਆਰ ਇੰਪੋਰਟੈਂਟ ਟੂ ਏਵਰੀ ਕੈਨੇਡੀਅਨ ਪਰ ਇਹ ਅਨਾਉਂਸਮੈਂਟਸ ਨੇ ਜਿਹੜੀਆਂ ਦੇ ਆਰ ਦ ਪ੍ਰੋਮਿਸਸ ਟੂ ਬੀ ਕੈਪਟ ਜਿਹੜੀਆਂ ਬਾਕੀ ਦੀ ਪੋਲੀਟੀਕਲ ਪਾਰਟੀਆਂ ਨੇ ਪਰਟਿਕੂਲਰਲੀ ਲਿਬਰਲ ਪਾਰਟੀ ਨੇ ਅਨਾਊਂਸਮੈਂਟਸ ਕੀਤੀਆਂ ਨੇ ਦੇ ਹੈਵ ਨੋ ਬਿਜ਼ਨਸ ਆਫ ਮੇਕਿੰਗ ਦੀ ਅਨਾਊਂਸਮੈਂਟਸ ਦੇ ਸ਼ੁੱਡ ਹੈਵ ਸ਼ੋਨ ਦੀ ਰੈਕર્ડ ਉਹਨਾਂ ਨੂੰ ਚਾਹੀਦਾ ਕਿ 12 ਸਾਲਾਂ ਦਾ ਆਪਣਾ ਰੈਕર્ડ ਦਿਖਾਉਣ ਉਹਨਾਂ ਦੀ ਜਿੰਨੀਆਂ ਵੀ ਅਨਾਊਂਸਮੈਂਟਸ ਨੇ ਵਿਲ ਸ਼ੈਲ ਵੁੱਡ ਉਹਦੇ ਨਾਲ ਸ਼ੁਰੂ ਹੁੰਦੀਆਂ ਨੇ ਤੇ ਦੇ ਸ਼ੁੱਡ ਸ਼ੋ ਕਿ ਉਹਨਾਂ ਨੇ ਕੀਤਾ ਕੀ ਹੈ 12 ਸਾਲਾਂ ਦੇ ਵਿੱਚ 12 ਸਾਲਾਂ ਦੇ ਬਾਅਦ ਆਈ ਡੋਨਟ ਥਿੰਕ ਐਨੀਵਨ ਐਨੀ ਲਿਜੀਟਿਮੇਟ ਪਰਸਨ ਗੋ ਟੈਂਕ that they should be in business of making announcements they should be in business of showing the actions pichle dinade vich jadi badi aham announcement kiti hai balki kal hi announcement hui si ke head tax jo hai jinu tusi kendeyan ke landing fees oh hatal hatayegi liberal government what do you think about this dekho uh, quickly jada head tax hai ga immigrants de utte inna ne 1995 vich laaya si eh kehdi sarkar ne laaya si liberal sarkar ne ਇਦੇ ਦੋ ਕੰਪੋਨੈਂਟ ਨੇ ਇੱਕ ਹੈਗਾ ਸੈਟਲਮੈਂਟ ਫੀਸ ਦੂਸਰਾ ਹੈਗਾ ਪ੍ਰੋਸੈਸਿੰਗ ਫੀਸ ਪ੍ਰੋਸੈਸਿੰਗ ਫੀਸ ਲਿਜਿਟਿਮੇਟ ਕਿਉਂਕਿ ਕਿਸੇ ਵੀ ਕੰਟਰੀ ਚ ਤੁਸੀਂ ਇਮੀਗ੍ਰੇਸ਼ਨ ਲੈਣੇ ਆ ਤਾਂ ਜਿਹੜੇ ਪ੍ਰੋਸਪੈਕਟਿਵ ਇਮੀਗ੍ਰੈਂਟਸ ਨੇ ਉਹਨਾਂ ਨੂੰ ਪ੍ਰੋਸੈਸਿੰਗ ਫੀਸ ਦੇਣੀ ਪੈਂਦੀ ਹੈ ਜਿਹੜੀ ਕਿ 425 ਡਾਲਰ ਤੇ 975 450 ਡਾਲਰ 975 ਡਾਲਰ ਨੇ ਦੈਟ ਇਜ਼ ਕਾਲਡ ਸੈਟਲਮੈਂਟ ਫੀਸ ਜਦੋਂ ਇਮੀਗ੍ਰੈਂਟ ਕੈਨੇਡਾ ਚ ਆਉਂਦੇ ਨੇ ਤਾਂ ਉਹਨਾਂ ਦੀ ਸੈਟਲਮੈਂਟ ਦੇ ਲਈ ਦੈਟ ਇਜ਼ ਹੈ ਟੈਕਸ ਕਿਉਂਕਿ ਕੋਈ ਵੀ ਫੀਸ ਹੈ ਜਿਹੜੀ ਜੋ ਉਹ ਉਹਦੇ ਪੈਸੇ ਉਸ ਪਰਪਸ ਲਈ ਨਹੀਂ ਯੂਜ਼ ਹੁੰਦੇ ਤੇ ਉਹ ਜਨਰਲ ਰੈਵਨਿਊ ਚ ਜਾਂਦੇ ਆ ਇਟ ਬਿਕਮਸ ਐਨ ਇਲੀਗਲ ਟੈਕਸ ਸੋ 975 ਡਾਲਰ ਪਰ ਪ੍ਰੋਸਪੈਕਟਿਵ ਇਮੀਗਰੈਂਟ ਥਰ ਇਜ਼ ਐਨ ਇਲੀਗਲ ਟੈਕਸ ਔਨ ਇਮੀਗਰੈਂਟਸ which was going to general revenue into the big black hole ਹੁਣ ਜੇ ਦੇਖਿਆ ਜਾਵੇ ਜਿਹੜਾ ਹੈਡ ਟੈਕਸ ਹੈ ਇਟ ਇਜ਼ ਡਿਸਕ੍ਰਿਮੀਨੇਟਰੀ ਕਿਉਂਕਿ ਜਿਹੜੇ ਲੋਕ ਯੂਰੋਪੀਅਨ ਕੰਟਰੀਜ਼ ਤੋਂ ਆਉਂਦੇ ਨੇ ਉਹਨਾਂ ਲਈ ਤਕਰੀਬਨ 15 ਦਿਨ ਦੀ ਤਨਖਾਹ ਬਣਦੀ ਐ ਅਪ੍ਰੋਕਸੀਮੇਟਲੀ ਇੱਕ ਪਰਸਨ ਦੀ ਜਿਹੜੇ ਲੋਕ ਥਰਡ ਵਰਡ ਕੰਟਰੀਜ਼ ਚੋਂ ਆਉਂਦੇ ਨੇ ਪਰਟਿਕੁਲਰਲੀ ਸਾਊਥ-ਈਸਟ ਏਸ਼ੀਆ ਚੋਂ ਜਾਂ ਆਫਰੀਕਾ ਚੋਂ ਉਹਨਾਂ ਦੇ ਲਈ ਕਈ ਸਾਲ ਲੱਗ ਜਾਂਦੇ ਨੇ ਉਹ ਪੈਸੇ ਸੇਵ ਕਰਨ ਦੇ ਲਈ ਕਿਉਂਕਿ ਉਹਨਾਂ ਨੇ ਲੋਕਲ ਕਰੰਸੀ ਚ ਕਨਵਰਟ ਕਰਨਾ ਤੇ ਇਹ ਐਕਚੁਅਲੀ ਜਿਹੜੀ ਹੈਟ ਟੈਕ ਇਟ ਡਿਸਕ੍ਰਿਮੀਨੇਟਸ ਐਂਡ ਡਿਸਕਰਾਗੇਜਸ ਪੀਪਲ ਫ্রম ਸਾਊਥ-ਈਸਟ ਏਸ਼ੀਆ ਐਜ਼ ਵੈਲ ਐਜ਼ ਫ্রম ਆਫਰੀਕਾ ਐਂਡ ਮੈਨੀ ਅਦਰ ਕੰਟਰੀਜ਼ ਸੋ 999 ਦੇ ਵਿੱਚ ਮੈਂ ਗਵਰਨਮੈਂਟ ਨੂੰ ਕਿਆ ਸੀਗਾ ਕਿ ਉਹਨਾਂ ਨੂੰ ਚੈਲੰਜ ਕੀਤਾ ਸੀਗਾ ਕਿ ਉਹਨਾਂ ਨੇ ਹੈਟ ਟੈਕਸ ਰਿਮੂਵ ਕਰਨਾ ਚਾਹੀਦਾ ਇਫੈਕਟ ਮੈਂ ਹਾਊਸ ਟੈਂਪ ਤੇ ਇਮੀਗ੍ਰੇਸ਼ਨ ਕਮੇਟੀ ਦਾ ਮੈਂਬਰ ਸੀ ਉੱਥੇ ਇੱਕ ਮੋਸ਼ਨ ਰੱਖਿਆ ਸੀਗਾ ਉਹਦੇ ਚ ਡਿਬੇਟ ਹੋਈ ਤੇ ਜਿੰਨੇ ਵੀ ਲਿਬਰਲ ਮੈਂਬਰਸ ਨੇ ਉਹਨਾਂ ਸਾਰਿਆਂ ਨੇ ਉਹਦੇ ਅਗੇਂਸਟ ਵੋਟ ਪਾਈ ਮਾਈ ਮੋਸ਼ਨ ਵਾਸ ਡੀਫੀਟਡ ਬਾਏ ਦ ਲਿਬਰਲ ਪਾਰਟੀ ਟੂ ਰਿਮੂਵ ði ਹੈਟ ਟੈਕਸ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਰੀਅਲਾਈਜ਼ ਕੀਤਾ ਕਿ ਉਹ ਉਹਦੇ ਮੇਰੇ ਮਿਸਟੇਕ ਇਨ 90 ਇਨ 2000 ਥਰೋನ್ ਸਪੀਚ there was one paragraph that the liberal sarkar hai jehde eh refugees to tax remove karegi us to baad main consistently tade show de upar vi tade tv de upar vi te hor vi generally media de vich is issue de te awaaz uthaunda reha ke hai tax discriminatory hai so hun jis tarah immigrants nu ohna ne pehla cash kaau banaya siga hun ohna nu vote kaau banawana chahunde ne te ohna de vichon voter extract karan de layi sugar coated ohna nu koi na koi announcement dende ne par let me tell you tade je ne darshak ne ਕਿ ਲਿਬਰਲ ਸਰਕਾਰ ਹੁਣ ਨਿਊ ਰਿਮਿਗ੍ਰੈਂਟਸ ਨੂੰ ਦੁਆਰਾ ਫੂਲ ਨਹੀਂ ਬਣਾ ਸਕਦੇ ਪਹਿਲਾਂ ਉਹਨਾਂ ਨੇ ਵਾਅਦੇ ਕੀਤੇ ਨੇ ਹਰ ਇਲੈਕਸ਼ਨ ਦੇ ਵਿੱਚ ਕੋਈ ਵਾਅਦੇ ਪੂਰੇ ਨਹੀਂ ਕੀਤੇ ਉਹਨਾਂ ਨੇ ਵਾਅਦਾ ਕੀਤਾ ਕਿ ਅਸੀਂ ਫੈਮਿਲੀ ਰੀਯੂਨੀਫਿਕੇਸ਼ਨ ਫਾਸਟ ਕਰਾਂਗੇ ਇਨ ਫੈਕਟ ਜਦੋਂ ਮੈਂ ਮੈਂਬਰ ਆਫ ਪਾਰਲੀਮੈਂਟ ਬਣਿਆ 22 ਮੰਥਸ ਸੀਗਾ ਹੁਣ 66 ਮੰਥਸ ਇੰਡੀਪੈਂਡੈਂਟ ਕੈਟਾਗਰੀ ਲੌਂਗਰ ਵੇਟਿੰਗ ਪੀਰੀਅਡ ਫੈਮਿਲੀ ਰੀਯੂਨੀਫਿਕੇਸ਼ਨ ਸਪਾਊਸਲ ਕੇਸਸ ਵਿਜ਼ਟਰ ਵੀਜ਼ਾ ਇਸ ਸਟਿਲ ਇਨ ਮੈਸ ਸੋ ਇਮੀਗ੍ਰੇਸ਼ਨ ਸਿਸਟਮ ਇਜ਼ ਕੰਪਲੀਟਲੀ ਇਨ ਮੈਸ ਤੁਸੀਂ ਐਸ ਫਾਰ ਇਲੈਕਸ਼ਨ ਨਹੀਂ ਲੜ ਰਹੇ ਕੀ ਰੀਜ਼ देखो मैं तकरीबन 9 साल ਦਾ ਮੇਰਾ ਪੋਲੀਟੀਕਲ ਕਰੀਅਰ ਮੇਰਾ ਰੈਕਡ ਸਪੀਕ ਕਲੀਨ ਸੀਗਾ ਮੈਂ ਪਾਰਲੀਮੈਂਟ ਦੇ ਵਿੱਚ ਉਹ ਇਸ਼ੂ ਲੈ ਕੇ ਆਂਦੇ ਨੇ ਜਿਨ੍ਹਾਂ ਨੂੰ ਬਾਕੀ ਦੇ ਪੋਲੀਟੀਸ਼ੀਅਨਜ਼ ਉਹਨਾਂ ਦੀ ਲਤਾਂ ਫਿਰਕਦੇ ਨੇ ਉਹ ਇਸ਼ੂਜ਼ ਦੇ ਆਵਾਜ਼ ਉਠਾਉਣ ਦੇ ਲਈ ਜਿਸ ਤਰ੍ਹਾਂ ਰੈਕਗਨੀਸ਼ਨ ਆਫ ਫੋਰਨ ਕ੍ਰੈਡੈਂਸ਼ੀਅਲਸ ਇਮੀਗ੍ਰੇਸ਼ਨ ਦੀ ਜਿਹੜੀ ਕ੍ਰਾਪਸ਼ਨ ਜਾਂ ਇਮੀਗ੍ਰੇਸ਼ਨ ਸਿਸਟਮ ਨੂੰ ਇੰਪਰੂਵ ਕਰਨਾ ਵਿਜ਼ਿਟਰ ਵੀਜ਼ਾ ਸਿਸਟਮ ਇੰਪਰੂਵ ਕਰਨਾ ਵਗੈਰਾ 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 ਇਟਸ ਬਹੁਤ ਲੰਬੀ ਲਿਸਟ ਹੈ ਤੇ ਜਦੋਂ ਮੈਂ ਮੈਨੂੰ ਉਹਨਾਂ ਨੇ ਲਿਬਰਲ ਸਰਕਾਰ ਨੇ ਮੋਟੀਵੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਉਹਨਾਂ ਦੀ ਸਰਕਾਰ ਨੂੰ ਜੁਆਇਨ ਕਰਾਂ ਤੇ ਉਹਨਾਂ ਦੀ ਕ੍ਰੂਸ਼ਲ ਕਨਫੀਡੈਂਸ ਵੋਟ ਦੇ ਵਿੱਚ ਸਰਕਾਰ ਨੂੰ ਬਚਾਵਾਂ ਤੇ ਮੈਂ ਮੈਨੂੰ ਪਹਿਲਾਂ ਵੀ ਉਹਨੇ ਆਫਰਸ ਕੀਤੀਆਂ ਨੇ ਐਕਚੁਅਲੀ ਕੈਬਨਟ ਪੋਜੀਸ਼ਨ ਮੈਨੂੰ ਆਫਰ ਕੀਤੀ ਹੈ ਤੇ ਮੇਰਾ ਕੋਈ ਇਰਾਦਾ ਨਹੀਂ ਕਿ ਮੈਂ ਲਿਬਰਲ ਸਰਕਾਰ ਚ ਜਾਂਦਾ ਸੋ ਮੈਂ ਉਹਨਾਂ ਨੂੰ ਡਿਨਾਈ ਕੀਤਾ ਤੇ ਉਸ ਤੋਂ ਬਾਅਦ ਜਦੋਂ ਪਰਸਿਸਟੈਂਸ ਸੀਗੇ ਥੈਨ ਆਈ ਰਿਕਾਰਡਡ ਦੈ ਅਵਿਡੈਂਸ ਕਿਉਂਕਿ 4 ਮਹੀਨੋਂ ਇੰਕੀ ਮਾਰਕ ਮੈਨੀਟੋਬਾ ਤੋਂ ਜਿਹੜਾ ਮੈਂਬਰ ਆਫ ਪਾਰਲੀਮੈਂਟ ਆ ਉਹਨਾਂ ਨੂੰ ਆਫਰ ਕੀਤੀ ਗਈ ਸੀਗੀ ਕਿਸੇ ਐਮਬੈਸਡ ਲੈਟ ਮੀ ਪੁਟ ਇਟ ਡਿਪਲੋਮੈਟਿਕ ਪੋਜੀ ਤੇ ਜਦੋਂ ਉਹਨਾਂ ਨੇ ਬਾਹਰ ਕਿਹਾ ਤਾਂ ਲਿਬਰਲਜ਼ ਨੇ ਡਿਨਾਈ ਕੀਤਾ ਐਂਡ ਇਨ ਫੈਕਟ ਮਿਸਟਰ ਰਾਜਲ ਕੌਕ ਟ੍ਰੈਜਰੀ ਬੋਰਡ ਪ੍ਰੈਜ਼ੀਡੈਂਟ ਹੀ ਚੈਲੰਜਡ ਦੀ ਆਪੋਜੀਸ਼ਨ ਐਮਪੀਜ਼ ਇਦਰ ਕਮ ਅਪ ਵਿਦ ਐਨ ਐਵਿਡੈਂਸ অর ਸ਼ਟ ਅਪ ਸੋ ਜਦੋਂ ਮੈਨੂੰ ਉਹਨਾਂ ਨੇ ਆਫਰ ਕੀਤਾ ਤਾਂ ਮੈਂ ਐਵਿਡੈਂਸ ਇੱਕੋ ਹੀ ਕ੍ਰੀਏਟ ਕਰ ਸਕਦਾ ਕਿ ਰਿਕਾਰਡ ਕਰ ਸਕਦਾ ਸੀਗਾ ਸੋ ਆਈ ਪ੍ਰੈਜ਼ੈਂਟਡ ਦੈਟ ਐਵਿਡੈਂਸ ਤੇ ਬਿਫੋਰ ਪ੍ਰੈਜ਼ੈਂਟਿੰਗ ਦੈਟ ਐਵਿਡੈਂਸ ਸਾਨੂੰ ਪਤਾ ਸੀਗਾ ਕਿ ਲਿਬਰਲਜ਼ ਉਹਨੂੰ ਡਿਨਾਈ ਕਰਨਗੇ ਤੇ ਮੇਰੀ ਟੇਪਾਂ 'ਚ ਫਾਲਟ ਕੱਢਣਗੇ ਸਾਡੇ ਕੋਲੇ ਲੈਟਰ ਹੈਗਾ ਕਿ ਟੇਪਾਂ ਮੇਰੀਆਂ ਬਿਲਕੁਲ ਸਾਫ਼ ਨੇ ਹਾਂ ਨਾ ਫਿਰ ਮੀਡੀਆ ਦੇ ਵਿੱਚ ਕਿਉਂ ਇਹ ਰਿਪੋਰਟਸ ਆਈਆਂ ਕਿ ਟੇਪਾਂ ਨਾਲ ਟੈਂਪਰਿੰਗ ਕੀਤੀ ਗਈ ਹੈ ਦੇਖੋ ਮੀਡੀਆ ਨੇ ਲੈਸ ਦਨ ਡਿਲੀਜੈਂਟ ਜੌਬ ਕੀਤੀ ਤੇ ਉਹਨਾਂ ਨੇ ਹੈਚਡ ਜੌਬ ਕੀਤੀ ਹੈ ਤੇ ਲਿਬਰਲ ਜਿਹੜੀ ਸਪਿਨ ਉਹਨੂੰ ਉਹਨਾਂ ਨੇ ਸਪਿਨ ਦਿੱਤੀ ਹੈ ਫਰਦਰ ਤੇ ਮੇਰੇ ਕੋਲ ਲੈਟਰ ਹੈ ਤੁਹਾਨੂੰ ਮੈਂ ਲੈਟਰ ਦੀ ਕਾਪੀ ਦਿਖਾ ਸਕਦਾ ਜਿਹੜਾ ਕਿ ਕਹਿੰਦਾ ਕਿ ਜਿਹੜੀਆਂ ਲੈ ਹੈਗੇ ਟੇਪਸ ਅਨ ਐਡੀਟਰ ਨੇ ਜਾਣ ਆਲਟਰ ਨੇ ਇਸ ਤੋਂ ਇਲਾਵਾ ਵੀ ਜਿਹੜੀਆਂ ਟੇਪਸ ਦੇ ਵਿੱਚ ਉਹਨਾਂ ਨੇ ਕੋਟੇਸ਼ਨ ਦਿੱਤੀਆਂ ਹੋਈਆਂ ਨੇ ਜਿਹਦੇ ਵਿੱਚ ਕਿਹਾ ਕਿ ਮੈਨੂੰ ਮੋਟੀਵੇਟ ਕਰਦੇ ਨੇ ਕਿ ਤੈਨੂੰ ਕੈਬਨਿਟ ਪੋਜੀਸ਼ਨ ਦਿੰਨੇ ਆ ਜਾਂ ਜੋ ਹੋਰ ਪੋਜੀਸ਼ਨਾਂ ਦਿੰਨੇ ਆ ਤੇ ਇਨਫੈਕਟ ਮੇਕਿੰਗ ਦਾ ਲੌਂਗ ਸਟੋਰੀ ਸ਼ਾਰਟ ਅਥੈਸਕ ਵਿੱਚ ਪਹਿਲਾਂ ਆਰਸੀਐਮਪੀ ਨੇ ਇਨਵੈਸਟੀਗੇਸ਼ਨ ਕੀਤੀ ਮੈਨੂੰ ਉਹਨੇ ਕਲੀਅਰ ਕੀਤਾ ਇਹਨਾਂ ਦੀ ਤਸੱਲੀ ਨਹੀਂ ਹੋਈ ਸੋ ਇਹਨਾਂ ਨੇ ਐਸਐਸ ਕਮਿਸ਼ਨਰ ਨੂੰ ਦਿੱਤਾ ਐਸਐਸ ਕਮਿਸ਼ਨਰ ਦੀ ਵੀ ਰਿਪੋਰਟ ਆਏਗੀ ਮੈਨੂੰ ਪੂਰਾ ਕੌਨਫੀਡੈਂਸ ਹੈ ਕਿ ਮੈਂ ਉਹਦੇ ਚ ਵੀ ਕਲੀਅਰ ਹੋਵਾਂਗਾ ਮੇਰੇ ਕੋਲ ਬਲੈਕਬੈਰੀ ਤੇ ਅਜ ਤੱਕ ਵੀ ਰਿਕਾਰਡ ਸੰਭਾਲ ਕੇ ਰੱਖਿਆ ਵਾਗਵੜ ਦੇ ਕਾਲ ਮੀ 35 ਟਾਈਮਸ ਟੂ ਟੈਲ ਮੀ ਨੋ ਵਾਈ ਵੁਡ ਦੇ ਪਰਸਿਸਟੈਂਟਲੀ orange meetings for example chief of staff na meeting kiti te hai te mainu sirf eh kehne di ke no they wanted me to meet with the prime minister so that prime minister could say no that's not true so main apne record clean rakhe te main is karke election nahi lad reha kyonki main nahi chahunda ke jdi sadi party hai onu koi unnecessary distraction hove te meri jdi mera record clean hai te main onu fight karunga last moment tak te mainu puri umeed hai ke jodo sariyan reporta aa gayiyan ਫਿਰ ਮੈਂ ਕੁਆਰਿਫਰ ਕਲੀਨ ਹੋ ਕੇ ਦੁਆਰਾ ਫਿਰ ਸੇਵਾ ਕਰੂੰਗਾ ਲੋਕਾਂ ਦੀ ਸੋ ਤੁਸੀਂ ਬਾਅਦ ਵਿੱਚ ਫਿਰ ਦੁਬਾਰਾ ਐਕਟਿਵ ਪੋਲਿਟਿਕਸ ਆ ਹੋਵੇ ਡਸਨਟ ਮੈਟਰ ਕਿਹੜੀ ਕਪੈਸਿਟੀ ਦੇ ਵਿੱਚ ਪਰ ਮੈਂ ਲੋਕਾਂ ਦੀ ਸੇਵਾ ਜ਼ਰੂਰ ਕਰੂੰਗਾ ਜਿਹੜੀ ਮਰਜੀ ਕਪੈਸਿਟੀ ਹੋਵੇ ਤੁਸੀਂ ਗੱਲਬਾਤ ਕੀਤੀ ਸੀ ਕਿ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੇ ਕੰਟੈਕਸਟ ਵਿੱਚ ਜੋ ਪੈਕੇਜ ਜਿਹੜਾ ਸੀਗਾ ਗਵਰਨਮੈਂਟ ਵੱਲੋਂ ਕੀ ਆ ਗਿਆ ਕਿ ਪੈਕੇਜ ਸਿੱਟਾ ਜਾਏਗਾ ਤੁਸੀਂ ਇਹ ਗੱਲ ਕੀਤੀ ਸੀ ਕਿ ਗਵਰਨਮੈਂਟ ਨੂੰ ਇਹਦੇ ਉੱਤੇ ਮਾਫੀ ਮੰਗਣੀ ਚਾਹੀਦੀ ਹੈ ਔਰ ਇਸ ਦੇ ਨਾਲ ਨਾਲ ਮੈਂ ਜਿਹੜੇ ਪਿੰਡਾਂ ਤੋਂ ਰਹਿਣਾ ਉਹ ਤਰਨਤਾਰਨ ਨੇ ਤਰਨਤਾਰਨ ਦੇ ਲਾਗੇ ਬਿਲਕੁਲ ਸਰਹਾਲੀ ਹੈ ਜੋ ਕਿ ਬਾਬਾ ਗੁਰਜੀਤ ਸਿੰਘ ਉਹਨਾਂ ਦਾ ਪਿੰਡ ਹੈਗਾ ਔਰ ਉੱਥੇ ਦੇ ਜਿਹੜਾ ਇਹ ਸਾਰਾ ਕੁਝ ਪੈਕੇਜ ਹੈਗਾ ਉਹਦਾ ਕੁਝ ਹਿੱਸਾ ਜਿਹੜਾ ਹੈਗਾ ਉੱਥੇ ਜਿਹੜੇ ਬਾਬਾ ਗੁਰਜੀਤ ਸਿੰਘ ਦੇ ਨਾਂ ਦੇ ਉਤੇ ਕਾਲਜ ਹੈ ਆ ਉਹਨੂੰ ਉਹਦੇ ਤੱਕ ਪਹੁੰਚਣ ਦੇ ਲਈ ਕੀ ਕੀਤਾ ਜਾ ਸਕਦਾ ਹੈ ਕਿਵੇਂ ਕੀਤਾ ਜਾ ਸਕਦਾ ਹੈ ਔਰ ਉਹਦੇ ਵਿੱਚ ਤੁਸੀਂ ਕਿਵੇਂ ਸਹਾਇਤਾ ਹੋ ਸਕਦੇ ਦੇਖੋ ਮੈਂ ਰੀਅਲਾਈਜ਼ ਕੀਤਾ ਕਿ ਜਿਹੜੀ ਐਕਸਕਲੂਜ਼ਨਿਸਟ रेसिस्ट इमिग्रेशन दी पॉलिसी सिगी 1914 ਜਾਂ ਉਸ ਤੋਂ ਪਹਿਲਾਂ ਵੀ ਉਹਦੇ ਤਹਿਤ ਮਾਈਨੋਰਟੀਜ਼ ਨੇ ਕਾਫੀ ਸਫਰ ਕੀਤਾ ਤੇ ਜਦੋਂ ਕਮਾਗਾਟਾ ਮਾਰੂ ਆਇਆ ਸ਼ਿਪ ਤਾਂ ਉਹਦੇ ਵਿੱਚ ਉਹਨਾਂ ਨੇ ਮਤਲਬ ਗਵਰਨਮੈਂਟ ਨੇ ਪਹਿਲੀ ਵਾਰੀ ਰਾਇਲ ਨੇਵੀ ਨੂੰ ਯੂਜ਼ ਕੀਤਾ ਉਹਨਾਂ ਨੂੰ ਥ੍ਰੈਟ ਕਰਨ ਦੇ ਲਈ ਤੇ ਉਹਨਾਂ ਨੂੰ ਬਹੁਤ ਦਿਨਾਂ ਬਾਅਦ ਸ਼ਿਪ ਨੂੰ ਵਾਪਸ ਭੇਜਿਆ ਗਿਆ ਉਹਦੇ ਵਿੱਚੋਂ ਕੁਝ ਪੈਸੇਂਜਰ ਕਲਕੱਤੇ ਜਾ ਕੇ ਮਾਰੇ ਵੀ ਗਏ ਸੋ ਜਿਹੜੀ ਇਹ ਡਿਸਕ੍ਰਿਮੀਨੇਸ਼ਨ ਸੀਗੀ ਰੈਸਿਸਟ ਪਾਲਿਸੀ ਦੇ ਆਧਾਰ ਦੇ ਉੱਤੇ ਤੇ ਉਹ ਗਵਰਨਮੈਂਟ ਉਹਨਾਂ ਨੂੰ ਇੱਕ ਅਪੋਲੋਜੀ ਉਹ ਕਰਦੀ ਹੈ ਜਿਹੜੇ ਬੰਦੇ ਮਾਰੇ ਗਏ ਤੇ ਬਾਕੀ ਸਾਰੀ ਕਮਿਊਨਿਟੀ ਨੂੰ ਸਾਰੀ ਕਮਿਊਨਿਟੀ ਦੇ ਉੱਤੇ ਇੱਕ ਡਾਰਕ ਕਲਾਊਡ ਹੈਂਗ ਕਰਦਾ ਰਿਹਾ ਉਸ ਤੋਂ ਬਾਅਦ ਤੇ ਮੈਂ ਬੀਲੀਵ ਕਰਦਾ ਸੀ ਕਿ ਜੇ ਕੈਨੇਡੀਅਨ ਸਰਕਾਰ ਨੇ ਬਾਕੀ ਕਮਿਊਨਿਟੀਆਂ ਤੋਂ ਮਾਫੀ ਮੰਗੀ ਹੈ ਯੂਕਰੇਨੀਅਨਸ ਤੋਂ ਜਪਾਨੀਜ਼ ਇੰਟਰਨਲਸ ਤੋਂ ਤੇ ਚਾਈਨੀਜ਼ ਹਟੈਕਸ ਵਾਲੇ ਮਾਫੀ ਮੰਗ ਰਹੇ ਨੇ ਤਾਂ ਇੱਕ ਗਵਰਨਮੈਂਟ ਹੈ ਜਿਹੜੀ ਆਪਣੀਆਂ ਪੁਰਾਣੀਆਂ ਭੁੱਲਾਂ ਨੂੰ ਬਖਸ਼ਾਉਣ ਦੇ ਲਈ ਤੇ ਇਹ ਅਸ਼ੋਰ ਕਰਨ ਦੇ ਲਈ ਫਿਊਚਰ ਜਨਰੇਸ਼ਨਸ ਨੂੰ ਕਿ ਇਸ ਤਰ੍ਹਾਂ ਦੀਆਂ ਰੈਸਿਸਟ ਪਾਲਿਸਿਜ਼ ਕਦੇ ਵੀ ਨਹੀਂ ਬਣਣਗੀਆਂ ਤਾਂ ਉਹਨਾਂ ਨੂੰ ਸਾਊਥ ਏਸ਼ੀਅਨ ਕਮਿਊਨਿਟੀਜ਼ ਤੋਂ ਜਿਹਦੇ ਵਿੱਚ ਸਿੱਖ, ਮੁਸਲਮਾਨ ਤੇ ਹਿੰਦੂ ਵੀ ਨੇ ਉਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ। ਤਕਰੀਬਨ 25000 ਲੋਕਾਂ ਨੇ ਪਟੀਸ਼ਨਾਂ ਸਾਈਨ ਕੀਤੀਆਂ ਹੋਈਆਂ। ਮੈਂ ਪਾਰਲੀਮੈਂਟ ਵਿੱਚ ਟੇਬਲ ਕੀਤੀਆਂ। ਤਕਰੀਬਨ 6 ਵਾਰੀ ਪਾਰਲੀਮੈਂਟ ਦੇ ਵਿੱਚ ਮੈਂ ਕਾਮਾਗਾਟਾ ਮਾਰੂ ਦੀ ਮਾਫੀ ਦਾ ਇਸ਼ੂ ਰੇਜ਼ ਕੀਤਾ। ਸੋ ਮੈਨੂੰ ਲੱਗ ਰਿਹਾ ਹੈ ਕਿ ਸਰਕਾਰ ਦੀ ਕੋਈ ਤਮੰਨਾ ਨਹੀਂ ਹੈ ਮਾਫੀ ਮੰਗਣ ਦੀ। ਪਰ ਮੈਨੂੰ ਇਸ ਚੀਜ਼ ਦਾ ਪੂਰਾ ਯਕੀਨ ਹੈ ਕਿ ਕੰਜ਼ਰਵੇਟਿਵ ਪਾਰਟੀ ਜਿਹੜੇ ਪੁਰਾਣੇ ਇਸ ਤਰ੍ਹਾਂ ਦੇ ਤੱਕੇ ਉਹਨਾਂ ਨੂੰ ਖਤਮ ਕਰਨ ਦੇ ਲਈ ਕੋਸ਼ਿਸ਼ ਕਰੇਗੀ ਜਾਂ ਉਹਨਾਂ ਦੇ ਉੱਤੇ ਰਿਗਰੈਸ ਪੇਸ਼ ਕਰੇਗੀ ਕਮਿਊਨਿਟੀ ਦੇ ਲਈ ਗਰਵਤ ਸਾਹਿਬ ਮੈਂ ਇੱਕ ਸਪੈਸਿਫਿਕ ਕੁਐਸਚਨ ਕੀਤਾ ਸੀਗਾ ਕਿ ਸਰ ਹਾਲੀ ਜੋ ਹੈ ਬਿਲੋਂਗ ਕਰਦਾ ਹੈ ਨੇ ਬਾਬਾ ਗੁਰਦਿੱਤ ਸਿੰਘ ਠੀਕ ਹੈ ਸੋ ਉਹ ਉਹ ਜਿਹੜਾ ਪੈਕੇਜ ਹੈਗਾ ਉਹਦੇ ਚ ਕੁਝ ਜਿਹੜੀ ਹੈਗੀ ਹੈ ਹੈਲਪ ਗ੍ਰਾਂਟ ਜਾਂ ਉੱਥੇ ਦੇ ਕਾਲਜ ਜਾਂ ਉੱਥੇ ਦੇ ਲੋਕਾਂ ਤੱਕ ਉਹ ਪਹੁੰਚੇ ਇਹਦੇ ਉਪਰਾਲੇ ਦੇ ਵਿੱਚ ਤੁਸੀਂ ਕੀ ਯੋਗਦਾਨ ਦੇ ਸਕਦੇ ਹੋ ਆਰ ਇਹ ਕਿਵੇਂ ਕੀਤਾ ਜਾ ਸਕਦਾ ਮੈਨੂੰ ਇਹਦੇ ਬਾਰੇ ਜਿਆਦਾ ਨੌਲੇਜ ਨਹੀਂ ਸੀ ਕਿ ਸਰਹਾਲੀ ਦੇ ਵਿੱਚ ਇੱਕ ਕਾਲਜ ਹੈ ਬਾਬਾ ਗੁਰਦੇਵ ਸਿੰਘ ਸੰਧੂ ਹੋਂ ਦੇ ਨਾਂ ਤੇ ਪਰ ਸਿンス ਤੁਸੀਂ ਮੈਂਸ਼ਨ ਕੀਤਾ ਮੈਂ ਇਹਦੇ ਬਾਰੇ ਵਿਚਾਰ ਕਰਾਂਗਾ ਪਰ ਮੈਂ ਉਮੀਦ ਕਰਦਾ ਕਿ ਜਿੰਨੇ ਵੀ ਅਸੀਂ ਇੰਡੀਅਨ ਡਾਇਸਪੋਰਾ ਬਾਹਰ ਬੈਠੇ ਆ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਫੋਰਨ ਕੰਟਰੀ ਵਿੱਚ ਜਿੱਥੇ ਅਸੀਂ ਸਟੈਬਲਿਸ਼ ਹੋਏ ਨੇ ਕਾਮਯਾਬੀਆਂ ਕੀਤੀਆਂ ਨੇ ਇੰਨੀ ਸਾਡੀ ਪਰ ਕੈਪੀਟਾ ਇਨਕਮ ਹਾਈ ਹੈ ਨਾਰਥ ਅਮਰੀਕਾ ਦੇ ਵਿੱਚ ਕਿਸੇ ਵੀ ਐਥਨਿਕ ਕਮਿਊਨਿਟੀ ਦੀ ਜਿਹੜੀ ਹਾਈएस्ट ਪਰ ਕੈਪਟਨ ਕੇਮਾ ਉਹ ਪੰਜਾਬੀਆਂ ਦੀ ਹੈ ਇਸੇ ਤਰ੍ਹਾਂ ਹੀ ਹਾਈएस्ट ਐਜੂਕੇਸ਼ਨ ਲੈਵਲ ਹੈ ਹਾਈएस्ट ਲੈਂਡ ਹੋਲਡਿੰਗ ਹੈ ਇਹ ਵੀ ਪੰਜਾਬੀਆਂ ਦੀ ਹੈ ਤੇ ਇਹਨੂੰ ਜੇ ਤੁਸੀਂ ਦੇਖਿਓ ਕਿ ਕ੍ਰੈਡਿਟ ਜਾਂਦਾ ਤਾਂ ਸਾਡੇ ਉਹਨਾਂ ਬਜ਼ੁਰਗਾਂ ਨੂੰ ਜਾਂਦਾ ਜਿਨ੍ਹਾਂ ਨੇ ਉਹ ਟੋਨ ਸੈੱਟ ਕੀਤੀ ਹੈ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਉਸ ਕਾਲਜ ਦੇ ਬਾਬਾ ਬਾਬਾ ਗੁਰਦਤ ਸਿੰਘ ਸੰਧੂ ਉਹਨਾਂ ਦੇ ਨਾਂ ਦੇ ਉੱਪਰ ਉੱਥੇ ਉਸ ਨੂੰ ਅਸੀਂ ਕੋਈ ਹੈਲਪ ਕਰੀਏ ਪਰ ਐਟ ਦ ਸੇਮ ਟਾਈਮ ਮੇਰਾ ਖਿਆਲ ਆ ਕਿ ਜੇ ਕੈਨੇਡੀਅਨ ਗਵਰਨਮੈਂਟ ਨੇ ਇਹਨੂੰ ਰਿਅਲਾਈਜ਼ ਵੀ ਕਰਦੀ ਹੈ ਕਿਉਂਕਿ ਅਸੀਂ ਉਹਨਾਂ ਤੋਂ ਫਾਈਨੈਂਸ਼ੀਅਲ ਕੰਪਨਸੇਸ਼ਨ ਨਹੀਂ ਮੰਗ ਰਹੇ ਅਸੀਂ ਸਿਰਫ ਉਹਨਾਂ ਤੋਂ ਅਪੋ ਤੇ ਜੇ ਗਵਰਨਮੈਂਟ ਬਲੀਵ ਕਰਦੀ ਹੈ ਕਿ ਕੋਈ ਮੋਮੈਂਟਮ ਮੋਮੈਂਟੋ ਬਣਾਉਣਾ ਚਾਹੀਦਾ ਹੈ ਕੈਨੇਡਾ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਵੋਟੈਂਟ ਆਇਟਪਕਾ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦੇਣਾ ਤੇ ਉਹਨਾਂ ਨੂੰ ਗੁਜਾਰਿਸ਼ ਕਰਦਾ ਕਿ ਜਿੱਥੇ ਅਸੀਂ ਨਵਾਂ ਸਾਲ ਖੁਸ਼ੀਆਂ ਨਾਲ ਸ਼ੁਰੂ ਕਰਨਾ ਚਾਹੁੰਦੇ ਹਾਂ ਉੱਥੇ ਸਾਰੀ ਕਮਿਊਨਿਟੀ ਤਰੱਕੀ ਵੀ ਕਰੇ ਤੇ ਸਾਰੀ ਕਮਿਊਨਿਟੀ ਇੱਕ ਨਵਾਂ ਸ਼ੁਰੂਆਤ ਕਰੇ ਪੋਲਿਟਿਕਸ ਦੇ ਵਿੱਚ ਕਿ ਇੱਕ ਕਨਸਰਵੇਟਿਵ ਪਾਰਟੀ ਨੂੰ ਹਮ ਹਮਾ ਕੇ ਸਪੋਰਟ ਕਰਨ ਜਿੱਥੇ ਵੀ ਤੁਸੀਂ ਰਹਿੰਦੇ ਹੋ ਕੰਜ਼ਰਵੇਟਿਵ ਪਾਰਟੀ ਦੇ ਕੈਂਡੀਡੇਟਸ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਕਿ ਇੱਕ ਨਵੀਂ ਸ਼ੁਰੂਆਤ ਕੀਤੀ ਜਾਵੇ ਨਿੱਜੀ ਤੌਰ ਦੇ ਉੱਪਰ ਮੈਂ ਕੈਨੇਡਾ ਭਾਰ ਦੇ ਵਿੱਚ ਤੇ ਪਾਰਟਿਕੂਲਰਲੀ ਤੁਹਾਡੇ ਅੰਟਰੀਓਰ ਦੇ ਸਾਰੇ ਦਰਸ਼ਕਾਂ ਨੂੰ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਜਿੰਨੀ ਵਾਰ ਵੀ ਮੈਂ ਟੌਨਟੋ ਆਇਆ ਜਾਂ ਜਿੰਨੀ ਵਾਰ ਵੀ ਮੈਂ ਕੋਈ ਇਸ਼ੂਜ਼ ਰੇਜ਼ ਕੀਤੇ ਨੇ ਮੈਨੂੰ ਬਹੁਤ ਭਰਮਾ ਹੰਗਾਰਾ ਪੱਧਰ ਦਾ ਕਮਿਊਨਿਟੀ ਨੇ ਬਹੁਤ ਸਹਿਯੋਗ ਦਿੱਤਾ ਤੇ ਮੈਨੂੰ ਬੜੀ ਖੁਸ਼ੀ ਹੈ ਦੱਸਦੇ ਹਾਂ ਕਿ ਸਾਰੇ ਪੋਲਿਟੀਕਲ ਕਰੀਅਰ ਦੇ ਵਿੱਚ ਤਕਰੀਬਨ 9 ਸਾਲਾਂ ਦੇ ਵਿੱਚ ਮੈਂ ਉਹ ਇਸ਼ੂ ਲੈ ਕੇ ਆਂਦੇ ਨੇ ਜਿਹੜੇ ਬੜੇ ਟਫ ਇਸ਼ੂ ਸੀਗੇ ਪਰ ਉਹਨਾਂ ਇਸ਼ੂਜ਼ ਦੇ ਨਾਲ ਕਮਿਊਨਿਟੀ ਦੀ ਜਿਹੜੀ ਸੀਗੀ ਸੇਵਾ ਜ਼ਿਆਦਾ ਹੋ ਸਕਦੀ ਹੈ ਕਮਿਊਨਿਟੀ ਦੇ ਹਿੱਤਾਂ ਦੇ ਵਿੱਚ ਉਹ ਇਸ਼ੂ ਨੇ ਮਾਈਨੋਰਟੀਜ਼ ਦੇ ਵਿੱਚ ਹਿੱਤਾਂ ਦੇ ਵਿੱਚ ਉਹ ਇਸ਼ੂ ਨੇ ਮੈਂ ਹਮੇਸ਼ਾ ਇਹ ਬਲੀਵ ਕਰਦਾ ਰਿਹਾ ਕਿ ਜਿੱਥੇ ਮੈਂ ਇੱਕ ਆਰਡੀਨਰੀ ਮੈਂਬਰ ਆਫ ਪਾਰਲੀਮੈਂਟ ਹਾਂ ਮੇਰੇ ਮੋਢਿਆਂ ਤੇ ਮਾਈਨੋਰਟੀਜ਼ ਦਾ ਵਿਭਾਰ ਤੇ ਮਾਈਨੋਰਟੀਜ਼ ਦੀ ਰਿਸਪੌਂਸਿਬਿਲਟੀਜ਼ ਨੂੰ ਮੈਂ ਖੂਬ ਆਪਣੇ ਦਿਲੋਂ ਮਿਹਨਤ ਕਰਕੇ ਨਿਭਾਇਆ ਜਿਸ ਤਰ੍ਹਾਂ ਪੜ੍ਹਿਆ ਲਿਖਿਆ ਦੀਆਂ ਡਿਗਰੀਆਂ ਰੈਕਗਨਾਈਜ਼ ਕਰਨੀਆਂ ਮੈਂ ਉਹ ਪਹਿਲਾ ਬੰਦਾ ਜਿਹੜਾ ਉਹ ਇਸ਼ੂ ਲੈ ਕੇ ਆਇਆ ਪਾਰਲੀਮੈਂਟ ਦੇ ਵਿੱਚ ਇਸੇ ਤਰ੍ਹਾਂ ਹੀ ਜਿਹੜੇ ਅ ਵਿਜ਼ਟਰ ਵੀਜ਼ਾ ਦੇ ਇਸ਼ੂਸ ਨੇ ਦਿੱਲੀ ਜਾਂ ਚੰਡੀਗੜ੍ਹ ਜਾਂ اسلامਾਬਾਦ ਦੇ ਜਿਹੜੀ ਕ腐ਸ਼ਨ ਹੁੰਦੀ ਐ ਐਮਬੈਸੀਆਂ ਦੇ ਵਿੱਚ ਜਾਂ ਹੋਰ ਵੀ ਸਾਡੇ ਜਿੰਨੇ ਵੀ ਇਸ਼ੂ ਨੇ ਇਵਨ ਹੁਣ ਗ੍ਰੈਂਟ ਇਸ਼ੂ ਜਿਹੜਾ ਹੈ ਟੈਕਸ ਦਾ ਚੱਲ ਰਿਹਾ ਕਮਾ ਘਾਟਾ ਮਾਰੂ ਦਾ ਪੰਜਾ ਕਕਾਰਾਂ ਦੀ ਜਿਹੜੀ ਰੈਕਗਨਿਸ਼ਨ ਐ ਇਹ ਸਾਰੇ ਇਸ਼ੂਸ ਮੈਂ ਪਾਰਲੀਮੈਂਟ ਦੇ ਵਿੱਚ ਲੈ ਕੇ ਆਇਆ ਬਜ਼ੁਰਗਾਂ ਦੀ ਪੈਨਸ਼ਨ ਹੈ ਜਿਹੜਾ ਬਜ਼ੁਰਗਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਇੰਸਟੀਚੂਨਲਾਈਜ਼ਡ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਬਜ਼ੁਰਗਾਂ ਦੇ ਨਾਲ ਉਹਦੇ ਲਈ ਇਸ਼ੂ ਮੈਂ ਪਾਰਲੀਮੈਂਟ ਵਿੱਚ ਲੈ ਕੇ ਆਂਦੇ ਨੇ ਸੋ ਅਜਿਹੇ ਬੇहद ਇਸ਼ੂਜ਼ ਨੇ ਜਿਹੜੇ ਮੈਂ ਪਿਛਲੇ 9 ਸਾਲਾਂ ਦੇ ਵਿੱਚ ਤੁਹਾਡੇ ਤੁਹਾਡੇ ਬਿਹਫ ਦੇ ਉੱਤੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਲੈ ਕੇ ਆਇਆ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੱਸਦਿਆਂ ਹੋਇਆਂ ਕਿ ਜੁਰਤ ਦੇ ਨਾਲ ਇੱਕ بلند ਆਵਾਜ਼ ਪਾਰਲੀਮੈਂਟ ਦੇ ਵਿੱਚ ਮੈਂ ਤੁਹਾਡੇ ਬਿਹਫ ਦੇ ਉੱਤੇ ਕਾਇਮ ਕੀਤੀ ਹੈ ਸੋ ਮੈਂ ਕੁਝ ਟਾਈਮ ਬ੍ਰੇਕ ਲੈ ਰਿਹਾ ਹਾਂ ਪੋਲਿਟਿਕਸ ਦੇ ਵਿੱਚ ਪਰ ਮੇਰੀ ਧਰਮ ਪਤਨੀ ਮਿਸਿਸ ਨਰਿੰਦਰ ਕੌਰ ਗਰੇਵਾਲ ਉਹ ਮੈਂਬਰ ਆਫ ਪਾਰਲੀਮੈਂਟ ਨੇ ਤੇ ਇਸ ਵਾਰੀ ਕੰਸਰਵੇਟਿਵ ਪਾਰਟੀ ਦੇ ਕੈਂਡੀਡੇਟ ਵੀ ਨੇ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਰਾਹਾਂ ਤੇ ਮੈਂ ਚੱਲਿਆ ਉਹਨਾਂ ਰਾਹਾਂ ਤੇ ਉਹ ਚੱਲਣਗੇ ਉਸੇ ਤਰ੍ਹਾਂ ਹੀ ਉਹ ਕਮਿਊਨਿਟੀ ਦੀ ਸੇਵਾ ਕਰਨਗੇ ਤੁਹਾਡਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਅ ਦੋਸਤੋ ਇਲੈਕਸ਼ਨ 2006 ਵਿੱਚ ਹੁਣੇ ਤੁਸੀਂ ਵਿਚਾਰ ਸੁਨੇ ਗੁਰਮント ਕਰੇਵਾਲ ਦੇ ਕੱਲ ਦੇ ਪ੍ਰੋਗਰਾਮ ਵਿੱਚ ਅ ਨੀਨਾ ਗਰੇਵਾਲ ਜੋ ਕਿ ਕੈਂਡੀਡੇਟ ਹਨ ਕੰਸਰਵੇਟਿਵ ਪਾਰਟੀ ਦੇ ਉਹਨਾਂ ਦੇ ਨਾਲ ਆਪ ਨੂੰ ਰੂਬਰੂ ਕਰਾਵਾਂਗੇ ਔਰ ਇਸ ਦੇ ਨਾਲ-ਨਾਲ ਬ੍ਰਿਸ਼ ਕੋਲੰਬੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਨਾਲ ਅਸੀਂ ਇੰਟਰਵਿਊ ਕੀਤਾ ਉਹਨਾਂ ਵਿੱਚੋਂ ਕੁਝ ਦੀ ਇੰਟਰਵਿਊਜ਼ ਵੀ ਆਪ ਨੂੰ ਖਵਾਵਾਂਗੇ ਸੋ ਅੱਜ ਦਾ ਇਲੈਕਸ਼ਨ 2006 ਇੱਥੇ ਸਮਾਪਤ ਕਰਨ ਦੀ ਸੰਜੀਵ ਨੂੰ ਇਜਾਜ਼ਤ ਦਿਓ ਸਸ਼ਟ੍ਰੀਕਾਲ ਨਮਸਕਾਰ ਅਦਾਬ ਗੁੱਡ ਬਾਏ